ਸਾਰਿਆਂ ਉੱਤੇ ਵੈਲਕਮ ਟੂ ਮਾਈ ਯੂਟਿਊਬ ਚੈਨਲ ਮਿਸਟਰ ਮਿਸਿਸ ਬਲਦੀ ਕਲਿਆਣ ਦੇ ਚੈਨਲ ਉੱਤੇ। ਸੋ ਅੱਜ ਅਸੀਂ ਸਵੇਰੇ ਸਵੇਰੇ ਤੁਸੀਂ ਸੋਚ ਰਹੇ ਹੋਗੇ ਕਿੱਥੇ ਜਾ ਰਹੇ ਨੇ। ਸੋ ਆਪਣਾ ਥੋੜ੍ਹਾ ਜਿਹਾ ਕੰਮ ਪੈ ਗਿਆ ਸੀ ਜਿੱਥੇ ਕਾਰਤਿਕ ਹੋਇਆ ਸੀ ਖੇਡ ਦਿੱਤਾ ਸੀਗਾ, ਉੱਥੇ ਸਟੈਂਪ ਔਰ ਸਟਿੱਕਰ ਰਹਿ ਗਿਆ ਸੀ ਲੱਗਣ ਵਾਲਾ, ਅਤੇ ਅੱਜ ਅਸੀਂ ਉਹ ਲਗਵਾਉਣ ਜਾ ਰਹੇ ਹਾਂ ਹੋਸਪਿਟਲ ਤੱਕ। ਨਾਲੇ ਤੁਹਾਨੂੰ ਦਿਖਾਉਂਦੇ ਹਾਂ ਕਾਰਤਿਕ ਕਿੱਥੇ ਆ ਅਸੀਂ। ਸੋ ਮਿਲਦੇ ਹਾਂ ਹੋਸਪਿਟਲ ਜਾ ਕੇ, ਅਸੀਂ ਨਿਕਲ ਗਏ ਹਾਂ ਅਤੇ ਇਸ ਕਰਕੇ ਮੈਂ ਸ਼ੂਟ ਨਹੀਂ ਕਰ ਪਾਈ ਕਿਉਂਕਿ ਸਾਨੂੰ ਟਾਈਮ ਹੋ ਰਿਹਾ ਸੀਗਾ। ਕਾਕਾ ਪਹਿਲਾਂ ਆਪਾਂ ਫੜਾਇਆ ਕਰੇ ਅਤੇ ਹੁਣ ਅਸੀਂ ਨਿਕਲੇ ਹਾਂ। ਕਾਕਾ ਜੀ ਘਰ ਆ ਅਸੀਂ ਨਾਲ ਜਾਣ ਨੂੰ, ਠੰਡ ਹੈ ਇਸ ਕਰਕੇ ਆਪਾਂ ਉਹਨੂੰ ਨਾਲ ਨਹੀਂ ਲੈ ਕੇ ਆਏ। ਹੁਣ ਆਪਾਂ ਜਾ ਰਹੇ ਹਾਂ ਮਿਲਦੇ ਹਾਂ। ਸੋ ਹੁਣ ਆਪਾਂ ਥੋੜ੍ਹਾ ਕੁ ਨੇੜੇ ਆ ਚੁੱਕੇ ਹਾਂ ਹੋਸਪਿਟਲ ਦੇ, ਕਾਕੇ ਨੂੰ ਦੇਖਣਾ ਹੁੰਦਾ, ਨਾਲੇ ਇਹ ਜੋਬ ਤੇ ਜਾਂਦੇ ਆ, ਕੰਮ ਕਰੂਗੇ ਤੇ ਤਾਂ ਹੀ ਆ। ਤੇ ਹੁਣ ਆਪਾਂ ਆਏ ਆ ਵੀਡੀਓਜ਼ ਬਣਾਵਾਂਗੇ। ਤੇ ਕਿਉਂਕਿ ਕਿੱਦਾਂ ਦਾ ਫੀਲ ਹੋ ਰਿਹਾ ਅੱਜ, ਕਿੰਨੇ ਦਿਨਾਂ ਬਾਅਦ ਆ ਕੇ ਪਾਰਕ 'ਚ? ਸਹੀ ਗੱਲ ਹੈ, ਬਹੁਤ ਦਿਨਾਂ ਬਾਅਦ ਆਏ ਨੇ। ਪਹਿਲਾਂ ਮੈਂ ਇਹ ਵਾਲੇ ਪਾਰਕ 'ਚ ਬਹੁਤ ਹੀ ਘੱਟ ਆਉਂਦੀ ਹਾਂ, ਛੋਟੇ ਹੁੰਦੇ ਬਹੁਤ ਆਏ ਅਸੀਂ ਇੱਥੇ ਪਾਰਕ 'ਚ ਖੇਡਣ, ਅਤੇ ਅੱਜ ਆਈ ਹਾਂ ਵੀਡੀਓਜ਼ ਬਣਾਉਣ। ਹੁਣ ਅਤੇ ਆਪਾਂ ਹੁਣ ਬਣਾਵਾਂਗੇ ਵੀਡੀਓਜ਼। ਉੱਦਾਂ ਵੀ ਇੱਦਾਂ ਪਾਰਕ 'ਚ ਅਸੀਂ ਬਣਾਉਂਦੇ ਹਾਂ, ਬਟ ਹੋਰ ਕੋਈ ਪਾਰਕ 'ਚ ਬਣਾਉਂਦੇ ਹਾਂ। ਇੱਥੇ ਮੈਂ ਕਾਫੀ ਦਿਨਾਂ ਬਾਅਦ ਆਈ ਹਾਂ ਚਿਰਾਂ ਬਾਅਦ, ਅਤੇ ਅੱਜ ਆਪਾਂ ਇੱਥੇ ਬਣਾਵਾਂਗੇ ਹੁਣ ਵੀਡੀਓਜ਼। ਸੋ ਕਿੱਦਾਂ ਬਣਾਵਾਂਗੇ ਵੀਡੀਓ? ਚਲੋ ਠੀਕ ਆ, ਸਾਰਿਆਂ ਨੂੰ ਮਿਲਦੇ ਹਾਂ, ਪਹਿਲਾਂ ਅਸੀਂ ਵੀਡੀਓਜ਼ ਬਣਾ ਲਈਏ ਅਤੇ ਕਾਕੇ ਨੂੰ ਵੀ ਮਿਲਣਾ ਜਾ ਕੇ ਘਰ ਦੇਖੀ ਕੀ ਕਰਦਾ ਹੈ, ਬੱਚੇ ਕਿੰਨਾ ਰੌਲਾ ਪਾ ਰਹੇ ਆ ਪਿੱਛੇ। ਸੋ ਚਲੋ ਸਾਰਿਆਂ ਨੂੰ ਬਾਏ ਬਾਏ, ਬਾਅਦ 'ਚੋਂ ਮਿਲਦੇ ਹਾਂ ਵੀਡੀਓਜ਼ ਬਣਾ ਕੇ। ਹੁਣ ਅਸੀਂ ਪਹੁੰਚ ਗਏ ਹਾਂ ਹੋਸਪਿਟਲ, ਅਤੇ ਹੁਣ ਆਪਾਂ ਕਾਕੇ ਦਾ ਜਿਹੜਾ ਕੰਮ ਰਹਿ ਗਿਆ ਉਹ ਕਰਵਾਵਾਂਗੇ ਅਤੇ ਪੇਮੈਂਟ। ਹੁਣ ਅਸੀਂ ਪਾਰਕ 'ਚ ਮੋਟਰਸਾਈਕਲ ਲਗਾ ਦਿੱਤਾ ਆ, ਪਾਰਕ 'ਚ ਫਿਰ ਅੰਦਰ ਜਾਵਾਂਗੇ ਅਸੀਂ। ਹੁਣ ਅਸੀਂ ਪਹੁੰਚ ਗਏ ਹਾਂ ਹੋਸਪਿਟਲ, ਅਤੇ ਹੁਣ ਆਪਾਂ ਕਾਕੇ ਦਾ ਜਿਹੜਾ ਕੰਮ ਰਹਿ ਗਿਆ ਉਹ ਕਰਵਾਵਾਂਗੇ ਅਤੇ ਪੇਮੈਂਟ। ਹੁਣ ਅਸੀਂ ਪਾਰਕ 'ਚ ਮੋਟਰਸਾਈਕਲ ਲਗਾ ਦਿੱਤਾ ਆ, ਪਾਰਕ 'ਚ ਫਿਰ ਅੰਦਰ ਜਾਵਾਂਗੇ ਅਸੀਂ। ਹੁਣ ਅਸੀਂ ਪਹੁੰਚ ਗਏ ਹਾਂ ਹੋਸਪਿਟਲ, ਅਤੇ ਹੁਣ ਆਪਾਂ ਕਾਕੇ ਦਾ ਜਿਹੜਾ ਕੰਮ ਰਹਿ ਗਿਆ ਉਹ ਕਰਵਾਵਾਂਗੇ ਅਤੇ ਪੇਮੈਂਟ। ਹੁਣ ਅਸੀਂ ਪਾਰਕ 'ਚ ਮੋਟਰਸਾਈਕਲ ਲਗਾ ਦਿੱਤਾ ਆ, ਪਾਰਕ 'ਚ ਫਿਰ ਅੰਦਰ ਜਾਵਾਂਗੇ ਅਸੀਂ। ਹੁਣ ਅਸੀਂ ਪਹੁੰਚ ਗਏ ਹਾਂ ਹੋਸਪਿਟਲ, ਅਤੇ ਹੁਣ ਆਪਾਂ ਕਾਕੇ ਦਾ ਜਿਹੜਾ ਕੰਮ ਰਹਿ ਗਿਆ ਉਹ ਕਰਵਾਵਾਂਗੇ ਅਤੇ ਪੇਮੈਂਟ। ਹੁਣ ਅਸੀਂ ਪਾਰਕ 'ਚ ਮੋਟਰਸਾਈਕਲ ਲਗਾ ਦਿੱਤਾ ਆ, ਪਾਰਕ 'ਚ ਫਿਰ ਅੰਦਰ ਜਾਵਾਂਗੇ ਅਸੀਂ। ਹੁਣ ਅਸੀਂ ਪਹੁੰਚ ਗਏ ਹਾਂ ਹੋਸਪਿਟਲ, ਅਤੇ ਹੁਣ
ਆਪਾਂ ਕਾਕੇ ਦਾ ਜਿਹੜਾ ਕੰਮ ਰਹਿ ਗਿਆ ਉਹ ਕਰਵਾਵਾਂਗੇ ਅਤੇ ਫਿਰ ਲੈ ਲਵਾਂਗੇ। ਪਰ ਅਸੀਂ ਪਾਰਕਿੰਗ 'ਚ ਮੋਟਰਸਾਈਕਲ ਲਗਾ ਦਿੱਤਾ ਆ, ਪਾਰਕਿੰਗ 'ਚ ਹੁਣ ਅੰਦਰ ਜਾਵਾਂਗੇ ਅਸੀਂ। ਹੁਣ ਅਸੀਂ ਪਹੁੰਚ ਗਏ ਹਾਂ ਹੋਸਪਿਟਲ, ਅਤੇ ਹੁਣ ਆਪਾਂ ਕਾਕੇ ਦਾ ਜਿਹੜਾ ਕੰਮ ਰਹਿ ਗਿਆ ਉਹ ਕਰਵਾਵਾਂਗੇ ਅਤੇ ਫਿਰ ਲੈ ਲਵਾਂਗੇ। ਪਰ ਅਸੀਂ ਪਾਰਕਿੰਗ 'ਚ ਮੋਟਰਸਾਈਕਲ ਲਗਾ ਦਿੱਤਾ ਆ, ਪਾਰਕਿੰਗ 'ਚ ਹੁਣ ਅੰਦਰ ਜਾਵਾਂਗੇ ਅਸੀਂ। ਹੁਣ ਅਸੀਂ ਪਹੁੰਚ ਗਏ ਹਾਂ ਹੋਸਪਿਟਲ, ਅਤੇ ਹੁਣ ਆਪਾਂ ਕਾਕੇ ਦਾ ਜਿਹੜਾ ਕੰਮ ਰਹਿ ਗਿਆ ਉਹ ਕਰਵਾਵਾਂਗੇ ਅਤੇ ਫਿਰ ਲੈ ਲਵਾਂਗੇ। ਪਰ ਅਸੀਂ ਪਾਰਕਿੰਗ 'ਚ ਮੋਟਰਸਾਈਕਲ ਲਗਾ ਦਿੱਤਾ ਆ, ਪਾਰਕਿੰਗ 'ਚ ਹੁਣ ਅੰਦਰ ਜਾਵਾਂਗੇ ਅਸੀਂ। ਹੁਣ ਅਸੀਂ ਪਹੁੰਚ ਗਏ ਹਾਂ ਹੋਸਪਿਟਲ, ਅਤੇ ਹੁਣ ਆਪਾਂ ਕਾਕੇ ਦਾ ਜਿਹੜਾ ਕੰਮ ਰਹਿ ਗਿਆ ਉਹ ਕਰਵਾਵਾਂਗੇ ਅਤੇ ਫਿਰ ਲੈ ਲਵਾਂਗੇ। ਪਰ ਅਸੀਂ ਪਾਰਕਿੰਗ 'ਚ ਮੋਟਰਸਾਈਕਲ ਲਗਾ ਦਿੱਤਾ ਆ, ਪਾਰਕਿੰਗ 'ਚ ਹੁਣ ਅੰਦਰ ਜਾਵਾਂਗੇ ਅਸੀਂ। ਹੁਣ ਅਸੀਂ ਪਹੁੰਚ ਗਏ ਹਾਂ ਹੋਸਪਿਟਲ, ਅਤੇ ਹੁਣ ਆਪਾਂ ਕਾਕੇ ਦਾ ਜਿਹੜਾ ਕੰਮ ਰਹਿ ਗਿਆ ਉਹ ਕਰਵਾਵਾਂਗੇ ਅਤੇ ਫਿਰ ਲੈ ਲਵਾਂਗੇ। ਪਰ ਅਸੀਂ ਪਾਰਕਿੰਗ 'ਚ ਮੋਟਰਸਾਈਕਲ ਲਗਾ ਦਿੱਤਾ ਆ, ਪਾਰਕਿੰਗ 'ਚ ਹੁਣ ਅੰਦਰ ਜਾਵਾਂਗੇ ਅਸੀਂ। ਹੁਣ ਅਸੀਂ ਪਹੁੰਚ ਗਏ ਹਾਂ ਹੋਸਪਿਟਲ, ਅਤੇ ਹੁਣ ਆਪਾਂ ਕਾਕੇ ਦਾ ਜਿਹੜਾ ਕੰਮ ਰਹਿ ਗਿਆ ਉਹ ਕਰਵਾਵਾਂਗੇ ਅਤੇ ਫਿਰ ਲੈ ਲਵਾਂਗੇ। ਪਰ ਅਸੀਂ ਪਾਰਕਿੰਗ 'ਚ ਮੋਟਰਸਾਈਕਲ ਲਗਾ ਦਿੱਤਾ ਆ, ਪਾਰਕਿੰਗ 'ਚ ਹੁਣ ਅੰਦਰ ਜਾਵਾਂਗੇ ਅਸੀਂ। ਉਹ ਜੀ ਅਸੀਂ ਆ ਗਏ ਸੀ ਘਰੇ, ਅਤੇ ਘਰੇ ਆ ਕੇ ਪੱਲਵੀ ਨੇ ਬਣਾਈ ਰੋਟੀ, ਆਜੋ ਜਿੰਨੇ ਜਿੰਨੇ ਖਾਣੀ ਆ ਪੱਲਵੀ ਬਣਾ ਲਈ ਰੋਟੀ ਲੋ। ਸੋ ਆਪਾਂ ਹੁਣ ਰੋਟੀ ਖਾ ਲਈ ਆ, ਰੋਟੀ ਮੈਂ ਬਣਾ ਰਹੀ ਸੀਗੀ, ਅਤੇ ਹੁਣ ਮੈਂ ਤੁਹਾਨੂੰ ਦਿਖਾਊਂਗੀ ਅੱਜ ਮੈਂ ਕੀ ਕਰਦੀ ਹਾਂ ਦਿਨ ਵਿੱਚ ਸਾਰਾ ਦਿਨ। ਦੇਖੋ ਮੇਰੇ ਵਾਲ ਕਿੱਦਾਂ ਹੋ ਗਏ ਆ, ਪਲੀਜ਼ ਮੇਰਾ ਕੰਟੈਕਟ ਕਰਿਓ ਜੇ ਕੋਈ ਹੈਗਾ ਵਾ ਵਾਲਾਂ ਵਾਸਤੇ, ਦੱਸੋ ਨਾ। ਮੇਰੇ ਵਾਲ ਸਾਰੇ ਝੜੀ ਜਾ ਰਹੇ ਆ, ਮੈਂ ਥੋੜ੍ਹੀ ਕੁ ਦਿਨਾਂ ਤੱਕ ਲੱਗਦਾ ਮੈਨੂੰ ਗੰਜੀ ਹੋ ਜਾਣਾ ਵਾ। ਮੈਂ ਹੁਣ ਟਿਊਸ਼ਨ ਵਾਲੇ ਬੱਚੇ ਮੇਰੇ ਆਉਣ ਲੱਗੇ ਆ, ਮੈਂ ਟਿਊਸ਼ਨ ਪੜ੍ਹਾਉਣੀ ਆ ਬੱਚਿਆਂ ਨੂੰ, ਅਤੇ ਅਸੀਂ ਹੁਣ ਖਾਣ ਲੱਗੇ ਹਾਂ ਬੋਲੀ ਮਿਲੀ ਸੀ ਸਾਨੂੰ ਬੋਲੀ, ਆਪਾਂ ਬੋਲੀ ਖਾਣ ਲੱਗੇ ਹਾਂ। ਅਤੇ ਚਲੋ ਹੁਣ ਮੈਂ ਸਾਰਿਆਂ ਨੂੰ ਬਾਅਦ 'ਚੋਂ ਦਿਖਾਉਂਦੀ ਹਾਂ, ਮੈਂ ਬੱਚੇ ਆਉਣ ਲੱਗੇ, ਮੈਂ ਉਹਨਾਂ ਵਾਸਤੇ ਜਾਣੀ ਕਿ ਤਿਆਰ ਥੋੜ੍ਹਾ ਕੁ ਉਹ ਕਰ ਲਵਾਂ ਜਿੱਥੇ ਪੜ੍ਹਾਉਣੇ ਅੱਜ। ਅੱਜ ਇੱਧਰ ਵਾਲੇ ਰੂਮ 'ਚ ਨਾਲੀ ਸੁੱਤਾ ਹੋਇਆ ਵਾ, ਇਸ ਕਰਕੇ ਮੈਂ ਬੱਚੇ ਨਹੀਂ ਪੜ੍ਹਾ ਸਕਦੀ, ਅਤੇ ਬਾਹਰ ਵਿਹੜੇ 'ਚ ਹੀ ਮੈਨੂੰ ਪੜ੍ਹਾਉਣਾ ਪੈਣਾ। ਮਿਲਦੇ ਹਾਂ।